ਭ੍ਰਿਸ਼ਟਾਚਾਰ ਦੇ ਖਿਲਾਫ ਝੰਡਾ ਚੱਕਿਆ ਆ। ਕਿਉਂਕਿ ਮੇਰਾ ਮਨ ਦੇ ਵਿਚਾਰ ਆ ਕਿ ਹਰ ਜਿਹੜਾ ਮਸਲਾ ਆ, ਹਰ ਮਸਲੇ ਦੀ ਜਿਹੜੀ ਜੜ੍ਹ ਆ, ਉਹ ਭ੍ਰਿਸ਼ਟਾਚਾਰ ਆ। ਅਤੇ ਅਗਰ ਸਾਨੂੰ ਬਾਕੀ ਮਸਲਿਆਂ ਨੂੰ ਖਤਮ ਕਰਨਾ ਤਾਂ ਉਸ ਤੋਂ ਪਹਿਲਾਂ ਸਾਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪਊਗਾ। ਔਰ ਆਹ ਜਿਹੜੇ ਠੇਕੇ ਦੀਆਂ ਨੌਕਰੀਆਂ ਰਹਿ ਗਈਆਂ 10,000 ਵਾਲੀਆਂ, ਭਈ ਆਉਣ ਵਾਲੇ ਵਕਤ ਦੇ ਵਿੱਚ 10,000 ਨਾਲ ਕੀ ਕਰ ਸਕਦਾ ਇੱਕ ਪਰਿਵਾਰ? ਇਹੋ ਜਿਹਾ ਮਹਿੰਗਾਈ ਦਾ ਯੋਗਾ, ਇਹੋ ਜਿਹਾ ਮਹਿੰਗਾਈ ਦਾ ਦੌਰ ਚੱਲ ਰਿਹਾ ਆ। ਜ਼ਰੂਰਤ ਆ ਜਨਤਾ ਨੂੰ ਅੱਜ ਇੱਕ ਝੰਡੇ ਹੇਠ ਖੜ੍ਹੇ ਹੋਣ ਦੀ, ਇੱਕ ਜਗ੍ਹਾ 'ਤੇ ਲਾਮਬੰਦ ਹੋਣ ਦੀ, ਤਾਂ ਜੇ ਇਹੋ ਜਿਹਾ ਭ੍ਰਿਸ਼ਟਾਚਾਰੀਆਂ ਦਾ ਅੰਤ ਕੀਤਾ ਜਾ ਸਕੇ। ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਭ੍ਰਿਸ਼ਟਾਚਾਰ ਦੇ ਖਿਲਾਫ ਝੰਡਾ ਚੱਕਿਆ ਆ, ਕਿਉਂਕਿ ਮੇਰਾ ਮਨ ਦੇ ਵਿਚਾਰ ਆ ਕਿ ਹਰ ਜਿਹੜਾ ਮਸਲਾ ਆ, ਹਰ ਮਸਲੇ ਦੀ ਜਿਹੜੀ ਜੜ੍ਹ ਆ, ਉਹ ਭ੍ਰਿਸ਼ਟਾਚਾਰ ਆ। ਅਤੇ ਅਗਰ ਸਾਨੂੰ ਬਾਕੀ ਮਸਲਿਆਂ ਨੂੰ ਖਤਮ ਕਰਨਾ ਤਾਂ ਉਸ ਤੋਂ ਪਹਿਲਾਂ ਸਾਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪਊਗਾ। ਅਤੇ ਭ੍ਰਿਸ਼ਟਾਚਾਰ ਦੇ ਮਸਲੇ ਦੇ ਜ਼ਰੀਏ ਇੱਕ ਜਿਹੜਾ ਮੇਨ ਜਿਹੜਾ ਮਸਲਾ ਆ ਜਨਤਾ ਦਾ, ਜੋ ਜਨਤਾ ਦਾ ਅਧਿਕਾਰ ਜਿਹਨੂੰ ਅਸੀਂ ਰੁਜ਼ਗਾਰ ਕਹਿੰਦੇ ਹਾਂ, ਗਵਰਨਮੈਂਟ ਜੋਬ ਕਹਿੰਦੇ ਹਾਂ, ਉਸ ਮੁੱਦੇ ਨੂੰ ਚੱਕਣਾ ਆ ਕਿ ਜਨਤਾ ਦਾ ਇੱਕ ਅਧਿਕਾਰ ਸੀ ਸੰਵਿਧਾਨਿਕ, ਜੋ ਕਿ ਇੱਕ ਮੌਲਿਕ ਅਧਿਕਾਰਾਂ ਦੇ ਵਿੱਚ ਆਉਂਦਾ ਆ, ਸਰਕਾਰੀ ਨੌਕਰੀਆਂ, ਗਵਰਨਮੈਂਟ ਜੋਬ ਦੇ ਉੱਪਰ ਜਨਤਾ ਦਾ ਅਧਿਕਾਰ ਸੀਗਾ। ਬਟ ਅੱਜ ਦੇ ਦੌਰ ਦੇ ਵਿੱਚ ਲੱਗਦਾ ਆ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਆ ਕਿਸੇ ਵੀ ਅਦਾਰੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਬਿਲਕੁਲ ਖਤਮ ਹੋ ਗਈਆਂ ਆ। ਔਰ ਆਹ ਜਿਹੜੇ ਠੇਕੇ ਦੀਆਂ ਨੌਕਰੀਆਂ ਰਹਿ ਗਈਆਂ 10,000 ਵਾਲੀਆਂ, ਭਈ ਆਉਣ ਵਾਲੇ ਵਕਤ ਦੇ ਵਿੱਚ 10,000 ਨਾਲ ਕੀ ਕਰ ਸਕਦਾ ਇੱਕ ਪਰਿਵਾਰ? ਇਹੋ ਜਿਹਾ ਮਹਿੰਗਾਈ ਦਾ ਯੋਗਾ, ਇਹੋ ਜਿਹਾ ਮਹਿੰਗਾਈ ਦਾ ਦੌਰ ਚੱਲ ਰਿਹਾ ਆ। ਅੱਜ ਬਿਜਲੀ ਇੰਨੀ ਮਹਿੰਗੀ ਹੋ ਗਈ, 10,000 ਦਾ ਅੱਜ ਕੱਲ੍ਹ ਮੇਰੇ ਹਿਸਾਬ ਦੇ ਨਾਲ ਭਈ ਬਿਜਲੀ ਦਾ ਬਿੱਲ ਹੀ ਆ ਜਾਂਦਾ, ਅਤੇ ਬਾਕੀ ਗੱਲਾਂ ਤਾਂ ਦੂਰ ਦੇ ਰਹੀਆਂ, ਖਰਚੇ ਪੱਤੇ ਜਿਹੜੇ ਹੈਗੇ ਆ, ਕਰਿਆਨਾ ਹਰ ਚੀਜ਼ ਮਹਿੰਗੀ ਹੋ ਗਈ। ਅਤੇ ਕਹਿਣ ਦਾ ਮਤਲਬ ਵੀ ਆਉਣ ਵਾਲੇ ਵਕਤ ਦੇ ਵਿੱਚ ਅਗਰ ਗੌਰਮੈਂਟ ਜੋਬ ਜਿਸ ਤਰ੍ਹਾਂ ਬੰਦ ਹੋ ਗਈਆਂ, ਤਾਂ ਆਉਣ ਵਾਲੇ ਵਕਤ ਦੇ ਵਿੱਚ ਸਮਾਜ ਦਾ ਪੂਰੇ ਦਾ ਪੂਰਾ ਮਤਲਬ ਖਤਮ, ਸਮਝ ਸਕਦੇ ਸਮਾਜ ਖਤਮ ਹੋ ਰਿਹਾ ਸਾਡਾ। ਇਹ ਜਨਤਾ ਦਾ ਅਧਿਕਾਰ ਸੀ, ਮੈਂ ਸਮਝਦਾ ਵੀ ਗੌਰਮੈਂਟ ਜੋਬ ਦੇ ਵਿੱਚ ਜਨਤਾ ਦੀ ਰੂਹ ਵਸਦੀ ਆ, ਅਤੇ ਸਾਨੂੰ ਜਿਹੜੀ ਇਸ ਗੌਰਮੈਂਟ ਜੋਬ ਦੇ ਪ੍ਰਤੀ ਜੋ ਜਨਤਾ ਦਾ ਹੱਕ ਸੀਗਾ, ਇਸ ਦੇ ਪ੍ਰਤੀ ਸਾਨੂੰ ਲੜਨਾ ਚਾਹੀਦਾ ਆ, ਜਨਤਾ ਦੇ ਹੱਕਾਂ ਵਾਸਤੇ ਲੜਨਾ ਚਾਹੀਦਾ, ਕਿਉਂਕਿ ਅਸੀਂ ਹਰ ਇੱਕ ਇਨਸਾਨ ਜਨਤਾ ਦਾ ਇੱਕ ਹਿੱਸਾ। ਸਾਰੀ ਜਨਤਾ ਤੱਕ ਸੰਦੇਸ਼ ਪਹੁੰਚ ਕੇ ਭ੍ਰਿਸ਼ਟਾਚਾਰ ਖਤਮ ਹੋਣ ਦੀ ਸੰਭਾਵਨਾ ਹੈ? ਹਾਂਜੀ, ਅਗਰ ਜਨਤਾ ਜਾਵੇ ਤਾਂ ਕੁਛ ਵੀ ਹੋ ਸਕਦੀ ਹੈ, ਕਿਉਂਕਿ ਜਨਤਾ ਇੱਕ ਇਹੋ ਜਿਹੀ ਸ਼ਕਤੀ ਆ ਜੋ ਜਨਤਾ ਦੀ ਸ਼ਕਤੀ ਦੇ ਅੱਗੇ ਹਰ ਸ਼ਕਤੀ ਫੇਲ ਆ। ਅੱਜ ਮੈਂ ਸਮਝਦਾ ਹਾਂ ਕਿ ਪੈਸੇ ਦੀ ਤਾਕਤ ਦੇ ਸਾਹਮਣੇ ਕੁਛ ਹੈਗੇ ਚੰਦ ਇੱਕ ਲੋਕ ਜਿਹੜੇ ਮਤਲਬ ਜਨਤਾ ਦੀ ਸ਼ਕਤੀ ਨੂੰ ਲਲਕਾਰ ਰਹੇ ਆ, ਪਰ ਇਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਕਿ ਜਨਤਾ ਦੀ ਸ਼ਕਤੀ ਸਭ ਤੋਂ ਸਰਬ ਵੱਡੀ ਹੁੰਦੀ, ਬਹੁਤ ਵੱਡੀ ਹੁੰਦੀ ਸ਼ਕਤੀ ਜਿਹੜੀ ਜਨਤਾ ਦੀ ਆ। ਅਗਰ ਜਨਤਾ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ 'ਤੇ ਆ ਜਾਵੇ ਤਾਂ ਕੋਈ ਵੀ ਸ਼ੈ ਆ ਹਰ ਸ਼ੈ ਨੂੰ ਮਿਟਾ ਸਕਦੀ ਆ। ਔਰ ਜ਼ਰੂਰਤ ਆ ਜਨਤਾ ਨੂੰ ਅੱਜ ਇੱਕ ਝੰਡੇ ਹੇਠ ਖੜ੍ਹੇ ਹੋਣ ਦੀ, ਇੱਕ ਜਗ੍ਹਾ 'ਤੇ ਲਾਮਬੰਦ ਹੋਣ ਦੀ, ਤਾਂ ਜੇ ਇਹੋ ਜਿਹਾ ਭ੍ਰਿਸ਼ਟਾਚਾਰੀਆਂ ਦਾ ਅੰਤ ਕੀਤਾ ਜਾ ਸਕੇ। ਤੁਸੀਂ ਕਿਹੜੇ ਸ਼ਹਿਰ ਦੇ ਹੋ ਤੁਸੀਂ? ਮੇਰਾ ਡਿਸਟ੍ਰਿਕਟ ਫਰੋਮ ਹੁਸ਼ਿਆਰਪੁਰ। ਕਿਹੜਾ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ? ਇਹ ਵਿਚਾਰ ਤਾਂ ਜੀ ਚਲੋ ਮੇਰੇ ਮਨ ਦੇ ਵਿੱਚ ਬੜੇ ਚਿਰਾਂ ਦੇ ਉੱਠ ਰਹੇ ਸੀਗੇ, ਅਤੇ ਔਰ ਸਮਝ ਨਹੀਂ ਆ ਰਹੀ ਵੀ ਕਿਸ ਤਰ੍ਹਾਂ ਕੁਛ ਕਰੀਏ, ਜੇ ਦੇਸ਼ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਜਾਂ ਆਪਣੇ ਸਮਾਜ ਦੇ ਪ੍ਰਤੀ ਕੋਈ ਕਰੀਏ। ਅਸੀਂ ਅੱਜ ਅਸੀਂ ਐਂ ਲੱਗਦਾ ਹੈਗਾ ਵੀ ਆਪਾਂ ਤਾਂ ਭੁੱਖੇ ਸ਼ਾਇਦ ਨਹੀਂ ਮਰਦੇ, ਮਾਲਕ ਦੀ ਕਿਰਪਾ ਹੈ, ਪਰ ਜੋ ਹਾਲਾਤ ਹੈ ਇੱਦਾਂ ਲੱਗਦਾ ਵੀ ਆਪਣੇ ਬੱਚਿਆਂ ਨੇ ਜ਼ਰੂਰ ਭੁੱਖੇ ਮਰ ਜਾਣਾ। ਨਹੀਂ ਨਹੀਂ ਜੀ, ਇਹ ਸਪੀਕਰ ਆ ਜੀ ਬਲੂਟੂਥ ਆ, ਇਹਦੇ 'ਚ ਪਾਸ ਦਾ ਇੱਕ ਗੀਤ ਆ ਬਹੁਤ ਵਧੀਆ, ਮਾਂ ਧਰਤੀ ਨਹੀਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਅਤੇ ਇਹ ਹੈਗਾ ਤੁਹਾਡੇ ਕੋਲ? ਹਾਂਜੀ ਹੈਗਾ, ਉਹ ਹੁਣ ਮੋਬਾਈਲ ਦੇ ਵਿੱਚ ਆਇਆ ਤਾਂ ਡੈਡ ਹੋ ਚੁੱਕਾ ਹੁਣ ਅੱਜਕੱਲ੍ਹ, ਅਤੇ ਅੱਗੇ ਫਿਰ ਕਰਦਾ। ਇਹ ਮਤਲਬ ਰੋਡ ਮਾਰਚ ਕਰਦੀ ਆ? ਮੈਨੂੰ ਜੀ ਤਕਰੀਬਨ ਮੈਂ 17 ਫਰਵਰੀ ਨੂੰ ਇੱਥੇ ਪਹੁੰਚਿਆ ਜੀ, ਸਵੇਰੇ 7 ਵਜੇ ਬਨਾਸਰਬਾਗ ਦੇ ਵਿੱਚ ਧਰਨਾ ਲਾਇਆ ਸੀਗਾ, ਅਤੇ ਤਕਰੀਬਨ ਉਸੇ ਦਿਨ ਉਸ ਤੋਂ ਅਗਲੇ ਦਿਨ 18 ਤਰੀਕ ਨੂੰ ਮਤਲਬ ਮੈਂ ਆਲੇ ਦੁਆਲੇ ਤਕਰੀਬਨ ਬਾਜ਼ਾਰ ਦੇ ਵਿੱਚ ਜਾਂ ਦੂਸਰੇ ਪਾਸੇ ਨੂੰ ਸਿਵਲ ਲਾਈਨਾਂ ਵੱਲ ਨੂੰ ਮੈਂ ਮਤਲਬ ਜਾ ਰਿਹਾ,
ਅਤੇ ਸੰਦੇਸ਼ ਦੇ ਰਿਹਾ ਜਨਤਾ ਨੂੰ ਭ੍ਰਿਸ਼ਟਾਚਾਰ ਖਤਮ ਕਰਨ ਦੇ ਪ੍ਰਤੀ, ਜਨਤਾ ਜੋ ਜਾਗਰੂਕ ਹੋ ਜਾਏ। ਹੁਣ ਤੁਸੀਂ ਕਿਹੜੇ ਕਿਹੜੇ ਸ਼ਹਿਰ ਹੋਰ ਘੁੰਮੋਗੇ? ਦੇਖੋ ਜੀ, ਮੇਰਾ ਇਰਾਦਾ ਤਾਂ ਹੈਗਾ ਆ ਜੀ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਹੀ ਘੁੰਮਣ ਦਾ, ਅਤੇ ਫਿਲਹਾਲ ਤਾਂ ਜੇ ਸੰਗਰੂਰ ਹੀ ਆ, ਇਹ ਆਉਣ ਵਾਲਾ ਵਕਤ ਦੱਸੂਗਾ ਕਿ ਪੂਰਾ ਹਿੰਦੁਸਤਾਨ ਘੁੰਮਦੇ ਹਾਂ ਕਿ ਪੂਰਾ ਪੰਜਾਬ ਵੀ ਘੁੰਮਾਂਗੇ, ਹਿੰਦੁਸਤਾਨ ਵੀ ਘੁੰਮਾਂਗੇ, ਦਿੱਲੀ ਵੀ ਘੁੰਮਾਂਗੇ ਅਤੇ ਗੁਜਰਾਤ ਵੀ ਘੁੰਮਾਂਗੇ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ